ਫਤਿਹਗੜ੍ਹ ਚੂੜੀਆ ਦੇ ਪਿੰਡ ਦਾਦੂਯੋਧ ਵਿਖੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋਂ ਅਤੇ ਹਲਕਾ ਫਤਿਹਗੜ੍ਹ ਚੂੜੀਆ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਲੋਂ ਦੀ ਜੱਦੀ ਰਿਹਾਇਸ਼ ਦੀ ਲੱਗਦੀ ਪੰਚਾਇਤੀ ਜਗ੍ਹਾ ਵਿੱਚੋਂ ਇੱਕ ਬੰਦ ਕਾਲੇ ਲਿਫਾਫੇ ਵਿੱਚ ਨਜਾਇਜ਼ ਸ਼ੱਕੀ ਹਾਲਤ ਵਿੱਚ ਪਿਆ ਅਸਲਾ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਬਾਹਰਲੇ ਵਾਲੀ ਪੰਚਾਇਤੀ ਜਗ੍ਹਾ ਦੀ ਸਾਫ਼ ਸਫਾਈ ਲਈ ਇੱਕ ਮਜ਼ਦੂਰ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਮਜ਼ਦੂਰ ਨੂੰ ਸ਼ੱਕੀ ਹਾਲਤ ਵਿੱਚ ਬੰਦ ਕਾਲਾ ਲਿਫਾਫਾ ਮਿਲਿਆ, ਜਿਸ ਦੀ ਸੂਚਨਾ ਵੱਲੋਂ ਰਵੀਕਰਨ ਸਿੰਘ ਕਾਲੋ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਰਵੀਕਰਨ ਸਿੰਘ ਕਾਲੋ ਨੇ ਤੁਰੰਤ ਇਸ ਦੀ ਸੂਚਨਾ SSP ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਜਦ ਪੁਲਿਸ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਅਤੇ ਕਾਲੇ ਲਿਫਾਫੇ ਨੂੰ ਕਬਜ਼ੇ ਵਿੱਚ ਲੈ ਲਿਆ, ਜਿਸ ਦੀ ਛਾਣਬੀਣ ਕਰਨ ਤੇ ਉਸ ਵਿੱਚੋਂ 30 ਬੋਰ ਦਾ ਪਿਸਟਲ, ਇੱਕ ਮੈਗਜ਼ੀਨ, 9 ਰੋਂਦ, 2 AK-47 ਦੀ ਮੈਗਜ਼ੀਨ ਅਤੇ 60 AK-47 ਦੇ ਰੋਂਦ ਬਰਾਮਦ ਕੀਤੇ ਗਏ। ਅੱਜ SI ਦਲਵਿੰਦਰ ਸਿੰਘ ਨੇ ਦਰਾਨੀਗਸਤ ਅਰਪਿੰਦਰ ਸਿੰਘ ਸਨ ਆਫ ਸੁਲੱਖਣ ਸਿੰਘ ਪਿੰਡ ਦਾਦੂਯੋਧ ਜਿਹੜੇ ਆ ਇਹਨੂੰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਵੀ ਅੱਜ ਅਸੀਂ ਪੰਚਾਇਤ ਦੀ ਜਗ੍ਹਾ ਦੇ ਵਿੱਚ ਪਿੰਡ ਦਾਦੂਯੋਧ ਦੇ ਵਿੱਚ ਅਸੀਂ ਜਿਹੜੀ ਬੂਟੀ ਦੀ ਸਫਾਈ ਕਰ ਰਹੇ ਸੀ। ਉੱਥੇ ਸਫਾਈ ਕਰਦੇ ਇੱਕ ਲਿਫਾਫਾ ਮਿਲਿਆ ਮੋਮੀ, ਜਿਹਨੂੰ ਚੈੱਕ ਕਰਨ ਦੇ ਵਿੱਚ ਉਹਦੇ ਵਿੱਚੋਂ ਇੱਕ ਪਿਸਟਲ, 30 ਬੋਰ, 9 ਰਾਊਂਡ ਜਿੰਦਾ, 7.62 .303 ਦੇ 15 ਰਾਊਂਡ, 2 ਮੈਗਜ਼ੀਨ 47 ਦੇ 60 ਰਾਊਂਡ ਜਿਹੜੇ ਉਹ ਬਰਾਮਦ ਹੋਏ ਆ, ਜਿਸ 'ਤੇ ਮੁਕੱਦਮਾ ਨੰਬਰ 55 .6721 __54569 ਹਰਮਨ ਸੈਕਟ ਨਾਮ ਨੂੰ ਵਿਅਕਤੀ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਆ ਆਰੰਭ ਦਿੱਤੀ ਗਈ ਆ। ਅੱਜ ਮੇਰੀ ਰਿਹਾਇਸ਼ ਦਾਦੂਯੋਧ ਵਿਖੇ ਸਵੇਰੇ ਜਦੋਂ ਸਾਡੇ ਪਰਿਵਾਰਕ ਮੈਂਬਰ ਜਿਹੜੀ ਸਾਰੀ ਇੱਥੋਂ ਦੀ ਦੇਖਭਾਲ ਕਰਦੇ ਨੇ, ਉਹਨਾਂ ਨੇ ਸਵੇਰੇ 8:30 ਕਿਉਂਕਿ ਸਾਡੇ ਇੱਥੇ ਬਰਸਾਤ ਕਰਕੇ ਕਾਫੀ ਜੰਗਲ ਦੀ ਜਿਹੜੀ ਆ ਨਾ ਬੂਟੀ ਬਾਟੀ ਜੀ ਹੋਈ ਸੀ ਤਾਂ ਉਹਨੂੰ ਸਫਾਈ ਕਰਾਉਣ ਵਾਸਤੇ ਮਜ਼ਦੂਰ ਲਾਏ ਸੀ। ਅਤੇ ਜਦੋਂ ਸਾਰਾ ਸਾਡਾ ਗਲੀ ਸਾਫ਼ ਕਰਦਿਆਂ, ਜਦੋਂ ਉਹ ਸਾਡੇ ਪਾਰਕ ਜਿਹੜਾ ਘਰ ਦੇ ਨਾਲ ਪਾਰਕ ਆ ਉੱਥੇ ਗਏ ਅਤੇ ਉੱਥੇ ਸਫਾਈ ਕਰਦਿਆਂ ਕਰਦਿਆਂ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਦੇਖਿਆ ਕਿ ਇੱਕ ਕਾਲੇ ਰੰਗ ਦਾ ਲਿਫਾਫਾ ਜਿਹੜਾ ਕਿ ਇੱਕ ਬਿਲਕੁਲ ਨੁੱਕਰ ਦੇ ਵਿੱਚ ਪਿਆ ਹੋਇਆ ਜਿਹੜਾ ਸਾਡੇ ਘਰ ਦੇ ਗੈਰਜ ਉਹਦੇ ਨਾਲ ਪਿਆ ਸੀ। ਅਤੇ ਉਹਨੇ ਉਸੇ ਵੇਲੇ ਹੀ ਇਤਲਾਹ ਦਿੱਤੀ ਜਿਹੜੇ ਸਾਡੇ ਗੇਟ 'ਤੇ ਸੰਤਰੀ ਖੜ੍ਹਾ ਸੀ, ਅਤੇ ਸੰਤਰੀ ਨੇ ਆ ਕੇ ਜਦੋਂ ਵੇਖਿਆ ਤਾਂ ਉਹਦੇ ਵਿੱਚ ਇੱਕ ਪਿਸਟਲ ਸੀ, 2 ਮੈਗਜ਼ੀਨ AK-47 ਦੇ ਅਤੇ ਨਾਲ ਕਾਫੀ ਜਿਹੜੀ ਤਾਦਾਦ ਦੇ ਵਿੱਚ ਉਹਦਾ ਐਮੋਨੇਸ਼ਨ ਸੀ, ਅਤੇ ਜਿਹਦੀ ਅਸੀਂ ਮੈਂ ਇਤਲਾਹ ਮੁੜ ਕੇ SSP ਬਟਾਲਾ ਨੂੰ ਦਿੱਤੀ ਅਤੇ SSP ਬਟਾਲਾ ਨੇ ਫਤਿਹਗੜ੍ਹ ਚੂੜੀਆਂ ਦੇ SHO ਨੂੰ ਭੇਜ ਕੇ ਅਤੇ ਸਾਰੀ ਜਿਹੜੀ ਅਗਲੇਰੀ ਕਾਰਵਾਈ ਕਰਕੇ ਅਤੇ ਆਪਣੀ ਤਫਤੀਸ਼ ਸ਼ੁਰੂ ਕੀਤੀ ਆ। ਅਤੇ ਮੈਂ ਇਹੀ ਕਹਿ ਸਕਦਾ ਕਿ ਕੋਈ ਉਹਨੂੰ ਪੁਲਿਸ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੀ ਆ ਕਿ ਇਹ ਕੀ ਮੈਟਰ ਆ ਅਤੇ ਕੀ ਸਿਸਟਮ ਆ, ਸਾਰਾ ਉਹੀ ਦੱਸ ਸਕਦੇ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।